ਛਾਤੇ ਚੁਸਕੀ ਲੱਗਦੀ ਆ ਬਈ। ਓਏ ਹੋਏ 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 ਓਏ ਕਿਆ ਬਾਤਾਂ ਕਿਆ ਬਾਤਾਂ ਯਾਰ, ਸੁਪਨੇ ਸੱਚੀ ਸੱਚ ਹੁੰਦੇ ਆ। ਮੈਂ ਕਿਹਾ ਸੀਗਾ ਪਾਰਾ ਸਿੰਘ ਤੇਰਾ ਵੀ ਸੁਪਨਾ ਸੱਚ ਹੋਏਗਾ। ਘੈਂਟ ਘੈਂਟ ਸਟਾਰਾਂ ਫਨਕਾਰਾਂ ਕਲਾਕਾਰਾਂ ਦੇ ਨਾਲ ਚਾਹ ਪੀਣ ਦਾ ਸੁਪਨਾ ਸੱਚ ਹੋਊਗਾ। ਰੰਗ ਬਿਰੰਗੀਆਂ ਲਾਈਟਾਂ, ਓਏ ਹੋਏ ਹੋਏ ਵੱਡਾ ਜਿਹਾ ਸੈੱਟ ਅਤੇ ਮੇਰੀ ਪਿਆਰੀ ਜੀ ਰੇੜੀ ਅਤੇ ਨਿਮਾਣਾ ਜਿਹਾ ਐਂਕਰ। ਬਹੁਤ ਮਜ਼ਾ ਆਉਣ ਵਾਲਾ ਹੈ ਜੀ, ਕਲਾਕਾਰਾਂ ਨੂੰ ਬਹੁਤ ਹੀ ਜ਼ਿਆਦਾ ਮਜ਼ਾ ਆਉਣ ਵਾਲਾ ਹੈ ਜੀ। ਇੱਕ ਮਿੰਟ, ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ, ਯਾਨੀ ਕਿ ਤੁਹਾਡੇ ਆਪਣੇ ਪਾਰਾ ਸਿੰਘ ਵੱਲੋਂ। ਹੁਣ ਤੁਸੀਂ ਸੋਚ ਰਹੇ ਹੋਵੋਗੇ ਮੈਂ ਪਤਾ ਨਹੀਂ ਇਕੱਲਾ ਕਿਹਦੇ ਨਾਲ ਗੱਲਾਂ ਕਰੀ ਜਾਂਦਾ ਪਿਆ। ਐਕਚੁਅਲੀ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਖੋਲ੍ਹਿਆ ਜੀ ਨਵਾਂ ਕੰਮ, ਚਾਹ ਦਾ ਕੰਮ। ਕੰਮ ਭਾਵੇਂ ਛੋਟਾ ਹੋਵੇ ਭਾਵੇਂ ਹੋਵੇ ਵੱਡਾ, ਹੋਣਾ ਚਾਹ ਦਾ ਚਾਹੀਦਾ, ਕਿਉਂਕਿ ਚਾਹ ਦੇ ਕੰਮ 'ਚ ਸਕੋਪ ਹੀ ਬੜਾ, ਬੰਦਾ ਅੱਗੇ ਕੁਛ ਵੀ ਬਣ ਸਕਦਾ। ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ, ਚਾਹ 'ਚ ਵੈਸੇ ਆਪਾਂ ਨੂੰ ਵੀ ਬਣਾਉਣੀ ਨਹੀਂ ਆਉਂਦੀ। ਆਪਾਂ ਇੱਕ ਕੰਮ ਕਰਨਾ, ਆਪਾਂ ਆਰਟਿਸਟਾਂ ਨੂੰ ਛਕਾ ਦੇਣੀ ਆ ਫੂਕ, ਅਤੇ ਫਿਰ ਉਹ ਚਾਹ ਬਣਾਉਣਗੇ ਆਪਣੇ ਵਾਸਤੇ ਵੀ ਅਤੇ ਬਣਾਉਣਗੇ ਮੇਰੇ ਵਾਸਤੇ ਵੀ। ਉਹ ਯਾਰ ਘੋੜਿਆਂ ਦੀ ਆਵਾਜ਼, ਉਹ ਡਾਕੂ ਆ ਗਏ ਡਾਕੂ। ਉਹ ਇੱਥੇ ਕੋਈ ਰੌਲਾ ਜਿਹਾ ਪਾਈ ਜਾਂਦਾ ਸੀ ਯਾਰ, ਸੁਣਿਆ ਤੂੰ? ਸੁਣਿਆ ਤਾਂ ਮੈਨੂੰ ਵੀ। ਉਹ ਕੋਈ ਹੈਗਾ ਭਾਈ? ਓਏ ਬਾਹਰ ਆ, ਕੌਣ ਆ? ਭਾਜੀ ਭਾਜੀ ਮੈਂ ਕੁਛ ਨਹੀਂ ਕੀਤਾ ਭਾਜੀ, ਮੈਨੂੰ ਮਾਫ਼ ਕਰ ਦਿਓ ਭਾਜੀ। ਭਾਜੀ ਮੈਂ ਕੁਛ ਨਹੀਂ ਕੀਤਾ, ਸੱਚੀ ਕੁਛ ਨਹੀਂ ਕੀਤਾ। ਮੈਂ ਤਾਂ ਭਾਜੀ ਚਾਹ ਨਹੀਂ ਇੱਕ ਕੱਪ ਵੀ ਬਣਾਈ ਨਹੀਂ ਭਾਜੀ। ਭਾਜੀ ਮੈਂ ਤਾਂ ਸਵੇਰ ਦੀ ਆਪ ਵੀ ਚਾਹ ਨਹੀਂ ਪੀਤੀ ਹੈਗੀ ਭਾਜੀ। ਮੈਂ ਤੁਹਾਨੂੰ ਹਫ਼ਤਾ ਦੇ ਦਿਆਂਗਾ, ਮੇਰਾ ਕੰਮ ਚੱਲ ਲੈਂਦੇ ਹੋ ਭਾਜੀ। ਉਹ ਅਸੀਂ ਡਾਕੂਆਂ ਦਾ ਮੁੰਡਾ ਫਿਲਮ ਕੀਤੀ ਆ, ਅਸੀਂ ਅਸਲ ਦੇ ਡਾਕੂ ਨਹੀਂ ਹੈਗੇ। ਅੱਛਾ, ਚੱਲ ਬੋਣੀ ਕਰਾਈਏ ਫਿਰ ਤੇਰੀ। ਕਰਾ ਦਿਓ ਭਾਜੀ, ਲੈ 2 ਕੱਪ ਚਾਹ ਦੇ ਬਣਾ ਦੇ ਸਪੈਸ਼ਲ। ਬਣਾ ਦੇਣਾ ਭਾਜੀ, ਲਓ ਬੰਬ ਜੀ ਚਾਹ ਬਣਾਈ, ਤੈਨੂੰ ਮੈਂ ਦੱਸਾਂ। ਬਿਲਕੁਲ ਬਣਾ ਦੇਣਾ ਭਾਜੀ। ਮਿੱਠਾ ਪੱਤੀ ਕਿੱਦਾਂ ਦਾ ਰੱਖਣਾ ਜੀ? ਪੂਰਾ ਠੋਕ ਕੇ ਕੰਮ, ਪੂਰਾ ਠੋਕ ਕੇ 150 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਰੱਖਦੇ ਆ, ਨਹੀਂ ਫਿਰ ਚਲਾਣ ਹੋ ਜਾਣਾ। ਅੱਛਾ ਅੱਛਾ, ਥੋੜਾ ਜਿਹਾ ਹਿਸਾਬ ਨਾਲ ਹੈ। ਬਹੁਤ ਬਹੁਤ ਸਵਾਗਤ ਹੈ ਭਾਜੀ ਤੁਹਾਡਾ ਦੋਨਾਂ ਦਾ, ਤੇ ਤੁਹਾਡਾ ਵੀ ਸਾਰਿਆਂ ਦਾ। ਸ਼ਾਨੇ ਪੰਜਾਬ ਪ੍ਰੈਜ਼ੈਂਟਸ ਚਾਹ ਤੇ ਚੁਸਕੀ ਪਾਵਰਡ ਬਾਏ ਪਾਰਲੇ ਜੀ। ਭਾਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਥੈਂਕ ਯੂ। ਤੁਹਾਡੀ ਫਿਲਮ ਭਾਜੀ ਸੱਚੀ ਬਹੁਤ ਜ਼ਿਆਦਾ ਵਧੀਆ ਭਾਜੀ, ਮੈਂ ਸਵੇਰ ਦਾ ਸ਼ੋਅ ਵੇਖ ਕੇ ਆਇਆ ਭਾਜੀ, ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਭਾਜੀ, ਬਹੁਤ ਵਧੀਆ। ਕਿਹੜੀ ਫਿਲਮ ਵੇਖ ਕੇ ਆਇਆ ਉਹ ਵੀ ਦੱਸੋ। ਕਾਕਾ ਜੀ, ਕਾਕਾ ਜੀ ਜੀਜਾ ਲੱਗਿਆ ਰਹਿੰਦਾ ਜੇ ਕਰਦੇ ਰਹੀਏ। ਵਾਕਾ ਜੀ, ਕਿਆ ਬਾਤ ਹੈ, ਕਿਆ ਬਾਤ ਹੈ। ਤੇ ਇੱਕ ਹੋਰ ਭਾਜੀ ਮੁਬਾਰਕਾਂ, ਕਿਹੜੀ ਵਾਲੀ ਪੀਣੀ? ਹਰ ਚਾਚੀ ਸਵਾਦ ਹੈ, ਸੌਂਫ ਵਾਲੀ, ਇਲਾਚੀ ਵਾਲੀ, ਡਿੱਟੋ ਕਰਦੀ ਚਾਚੀ ਵਾਲੀ, ਮਲੱਠੀ ਵਾਲੀ, ਅਦਰਕ ਵਾਲੀ, ਲੌਂਗ ਵਾਲੀ ਚਾਹ ਇੱਕੋ ਘੁੱਟ ਨਾਲ ਤੁਹਾਡੀ ਨਿਕਲ ਜਾਏਗੀ। ਵਾਹ, ਗੁਲਾਬੋ ਚਾਹ ਪਲਾਵਾਂਗੇ ਬੜੇ ਪਿਆਰ ਦੇ ਨਾਲ, ਕੱਬੀ ਚਾਹ ਪਲਾਵਾਂਗੇ ਬੜੇ ਸਤਿਕਾਰ ਦੇ ਨਾਲ, ਜਿੱਦਾਂ ਤੁਸੀਂ ਕਹੋਗੇ ਮਿੱਠਾ ਪੱਤੀ ਘੱਟ, ਪਾਰਾ ਤੁਹਾਡੇ ਲਈ ਲੈ ਕੇ ਆਏਗਾ ਚਾਹ ਚਟਪਟ। ਕਿਆ ਬਾਤ ਹੈ, ਕਿਆ ਬਾਤ ਹੈ। ਚਾਹ ਚਾਹੇ ਸਵਾਦ ਨਾ ਹੋਵੇ, ਗੱਲ ਤੇਰੀ ਬੜੀ ਸਵਾਦ ਲੱਗੀ। ਇਹ ਤਾਂ ਗੱਲ ਹੈ ਭਾਜੀ। ਹੁਣ ਦੱਸੋ ਭਾਜੀ ਕਿਹੜੀ ਚਾਹ ਪੀਣੀ ਹੈ ਤੁਸੀਂ? ਬਸ ਜਿਹੜੀ ਆ ਸਾਰੀ ਬੋਲੀ ਹੈ, ਸਾਰੀ ਇੱਕ ਪਾਸੇ ਪਾ ਲਿਆ ਬਸ। ਭਾਜੀ ਫਿਰ ਕੁਝ ਹੋਰ ਹੀ ਨਾ ਬਣ ਜਾਵੇ ਫਿਰ। ਨਹੀਂ ਨਹੀਂ ਨਹੀਂ, ਮੈਂ ਨਹੀਂ ਜਾਂਦਾ ਘਰੇ। ਜਿੱਡੀ ਤੇਰੀ ਗੱਲ ਸਵਾਦ ਸੀ, ਚਾਹ ਵੀ ਉੱਡੀ ਸਵਾਦ ਹੋਣੀ ਚਾਹੀਦੀ। ਤੇ ਭਾਜੀ ਤੁਸੀਂ ਮਾਊਜ਼ਰ ਚਲਾਇਆ, ਸਟੇਨ ਗਨ ਚਲਾਈ ਹੈ, ਹੈਨਾ, ਸਾਰਾ ਕੁਝ ਚਲਾਇਆ। ਪਸਾਰ ਆ ਤੇ ਸਟੇਨ ਗਨ ਨਹੀਂ ਚਲਾਈ, ਮਾਊਜ਼ਰ ਹੀ ਚਲਾਇਆ ਗੱਲਾਂ। ਸੋਚ ਲਾ, ਪਰ ਅਸੀਂ ਪੁੱਤ ਡਾਕੂਆਂ ਦੇ ਮੰਗਦੇ ਨੀ ਖੋਂਦੇ ਆ, ਕਿਤੇ ਕਬਜ਼ਾ ਨਾ ਕਰ ਲਈ ਤੇਰੀ ਰੇੜੀ ਤੇ। ਮੈਨੂੰ ਯਾਰ ਇਹ ਐਪੀਸੋਡ ਨਾ ਰਿਸਕੀ ਰਿਸਕੀ ਲੱਗ ਰਿਹਾ। ਪਹਿਲੇ ਦਿਨ ਦੁਕਾਨ ਖੋਲੀ ਤੇ ਪਹਿਲੇ ਦਿਨ ਨਹੀਂ ਪਠਾਣਾ ਬੈਠੇ। ਚੱਲ ਚੱਲ, ਕੁਛ ਨਹੀਂ ਕਹਿੰਦੇ, ਆ ਜਾ ਚਾਹ ਚਾਹ ਬਣਾਇਆ। ਚਲੋ ਆ ਜਾ ਚਾਹ ਬਣਾਓ। ਆਓ ਜੀ ਭਾਜੀ। ਸਭ ਤੋਂ ਪਹਿਲਾਂ ਭਾਜੀ ਅਸੀਂ ਪਾਣੀ ਪਾਵਾਂਗੇ। ਉਹ ਨਹੀਂ ਯਾਰ, ਹਾਂਜੀ ਭਾਜੀ, ਪਾਣੀ ਤੋਂ ਪਹਿਲਾਂ ਵਰਦੀ ਪਾਵਾਂਗੇ ਚਾਹ। ਚੱਕ ਬਈ ਚੱਕ ਭਾਜੀ, ਫਿਰ ਚਾਹ ਫਿਰ ਧਰੋ ਫਿਰ ਥੋੜ੍ਹੀ ਜੀ, ਕਰ ਬਈ ਸ਼ੁਰੂ ਕੰਮ। ਹਾਂਜੀ, ਲੈ ਵੀ ਮਿੱਤਰਾ ਆ ਲਓ ਜੀ। ਚਾਹ ਬਣਾਉਣ ਕੇ ਲਈ ਸਭ ਤੋਂ ਪਹਿਲੇ ਪਾਣੀ ਚਾਹੀਏ, ਮਿੱਠਾ ਲੈ ਵੀ ਮਿੱਠਾ ਪਹਿਲਾਂ, ਤੂੰ ਵੱਡਾ ਕੋਕੇ ਵਾਲਾ ਪਹਿਲਾਂ ਲੈਚੀ ਭਾਜੀ। ਨਹੀਂ ਇਹ ਤਾਂ ਐਂ ਚੱਲਦਾ ਕੰਮ। ਅੱਛਾ, ਵਿੱਚ ਚੱਕ ਦੇਵਾਂਗੇ ਪਰ ਖੜ ਜਾਣੀ ਆ ਵਿੱਚ। ਪਹਿਲਾਂ ਅਦਰਕ ਨੂੰ ਘੋਲ ਲੈਣ ਦੋ ਭਾਜੀ। ਲਾਚੀ ਉਹ ਪਾ ਦੇ, ਲਾਚੀਆਂ ਕੰਜੂਸੀ ਕਰੀ ਜਾਂਦਾ ਭਾਜੀ। ਫਿਰ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਨਾ, ਫਿਰ ਹੋਰ ਮੇਰੇ ਕੋਲ ਵੱਧ ਘੱਟ ਪੈ ਗਈ ਤੇ ਮੇਰੀ ਤਾਂ ਟਿੰਡ ਫੋੜੀ ਚੱਕੀ ਜਾਣੀ ਕਿ ਨਹੀਂ ਚੱਕੀ ਜਾਣੀ। ਕੋਈ ਨਾ, ਤੇਰੀ ਟਿੰਡ ਪਹਿਲਾਂ ਦੇਣਾ, ਤੇਰੀ ਪਹਿਲੀ ਚਾਹ ਹੈ ਨਾ। ਹਾਂਜੀ ਭਾਜੀ, ਕੰਜੂਸੀ ਨਾ ਕਰ ਨਾ ਭਾਜੀ, ਬਿਲਕੁਲ ਨਹੀਂ ਕਰਨਾ ਕੰਜੂਸੀ। ਪਾ ਦਿਓ ਭਾਜੀ। ਲੌਂਗ ਕਿੰਨਾ ਕੁ ਲੌਂਗ ਰੱਖਣਾ ਬਾਈ? ਭਾਜੀ ਲੌਂਗ ਲਾਚੀਆਂ ਵਾਲਾ, ਹਾਂ ਇੰਨਾ ਕੀ ਰੱਖਣਾ ਭਾਜੀ? ਉਹ ਲਾਚੀ ਕੁੱਟ ਕੇ ਪਾਉਣੀ ਜੀ। ਤੇ ਹੁਣ ਭਾਜੀ ਆਪਣਾ ਪੱਤੀ ਭਾਜੀ, ਆਹ ਵਾਲੀ ਪਾਉਂਦੇ ਹਾਂ ਪੱਤੀ। ਓਏ ਹਾਂਜੀ, ਕੀ ਦੇਸੀ ਪੱਤੀ ਪਾਈ ਜਾਂਦਾ? ਆਹ ਦੇਖ ਜਿਹੜੀ ਸਪੈਸ਼ਲ ਮਹਿੰਗੀ ਪੱਤੀ ਉਹ ਇੱਧਰ ਰੱਖੀ ਹੈ। ਹਾਂਜੀ ਹਾਂਜੀ ਭਾਜੀ, ਇਹੀ ਪਾਉਣੀ ਸੀ ਮੈਂ। ਇਹ ਪੱਤੀ ਵਾਲੇ ਨੇ ਤਾਂ ਪੈਸੇ ਦਿੱਤੇ ਆ।
ਰੇੜੀਆਂ ਦੇ ਖੜ ਖੜ ਕੇ ਅਸੀਂ ਚਾਹ ਪੀਂਦੇ ਰਹੇ ਹੁਣ ਤੱਕ। ਅੱਛਾ ਤੇ ਭਾਜੀ ਫਿਰ ਜਦੋਂ ਤੁਸੀਂ ਰੇੜੀ ਤੇ ਚਾਹ ਪੀਂਦੇ ਹੁੰਦੇ ਸੀਗੇ ਤੇ ਉਦੋਂ ਵੀ ਭਾਜੀ ਤੁਹਾਨੂੰ ਫਿਰ ਡਰ ਕੇ ਚਾਹ ਫੜਾਉਂਦਾ ਹੁੰਦਾ ਸੀ ਕੋਈ? ਉਹ ਸਾਡਾ ਤਾਂ ਸਟਾਈਲ ਸ਼ੁਰੂ ਤੋਂ ਹੀ ਆਏ। ਇੱਕ ਗੱਲ ਹੋਰ ਦੱਸਦਾ, ਹਾਂਜੀ ਭਾਜੀ, ਚਾਹੇ 5 ਸਟਾਰ ਤੇ ਚਲਾ ਜਾ ਤੂੰ, ਜਿੱਡੇ ਮਰਜ਼ੀ ਵੱਡੇ ਹੋਟਲ 'ਚ ਚਲਾ ਜਾ, ਪਰ ਜਿਹੜਾ ਰੇੜੀ ਤੇ ਖੜ ਕੇ ਚਾਹ ਪੀਣ ਦਾ ਸਵਾਦ ਆ ਉਹ ਕਿਤੇ ਨਹੀਂ ਹੋਗਾ। ਇਹ ਤਾਂ ਗੱਲ ਹੈ ਭਾਜੀ। ਹਾਂ ਭਾਜੀ, ਤੁਸੀਂ ਹਜੇ ਵੀ ਚਾਹ ਪੀਂਦੇ ਹੋ? ਔਖਾ ਹੋਇਆ ਨਾ, ਹਜੇ ਵੀ ਰੇੜੀ ਤੇ ਰੁੱਕ ਕੇ ਚਾਹ ਪੀਂਦੇ ਭਾਜੀ ਤੁਸੀਂ? ਹਾਂ ਮੈਂ ਤਾਂ ਪੀਂਦਾ ਵੀਰੇ, ਮੈਂ ਤਾਂ ਚਾਹ ਬਣਾਉਣਾ ਵੀ ਬਹੁਤ ਵਧੀਆ। ਤੁਸੀਂ ਵੀ ਪੀਂਦੇ ਹੋ ਭਾਜੀ? ਬਿਲਕੁਲ, ਕਿਉਂ ਸਾਨੂੰ ਕੀ ਹੋਇਆ, ਅਸੀਂ ਖੜ ਨਹੀਂ ਸਕਦੇ? ਨਹੀਂ ਭਾਜੀ, ਹੁਣ ਫਿਰ ਬੰਦੇ ਵੀ ਵੇਖ ਕੇ ਤੁਹਾਨੂੰ ਖੜ ਜਾਂਦੇ ਹੋਣੇ ਨਾ। ਫਿਰ ਕੀ ਹੋ ਗਿਆ, ਬੰਦਿਆਂ ਕਰਕੇ ਅਸੀਂ ਆ ਕਲਾਕਾਰ? ਮਿੱਤਰਾਂ ਨੇ ਚਾਹ ਪੀਣੀ, ਚਾਹ ਪੀਣੀ ਮਠੀਆਂ ਨਾਲ। ਮਿੱਤਰਾਂ ਨੇ ਮਠੀਆਂ ਨਾਲ ਨੀ ਪੀਣੀ। ਕਿਉਂ? ਮਠੀਆਂ ਨਾਲ ਨੀ ਪੀਣੀ, ਪਾਰਲੇ ਜੀ ਦੇ ਨਾਲ ਪੀਣੀ ਭਾਜੀ। ਇਹਨਾਂ ਨੇ ਵੀ ਪੈਸੇ ਦਿੱਤੇ ਆ ਭਾਜੀ। ਤੇਰੀ ਰੇੜੀ ਸਪੌਂਸਰਡ ਹੈ? ਯੈਸ ਭਾਜੀ, ਯੈਸ। ਇਹ ਤਾਂ ਫਿਰ ਵੱਡੀ ਤੋਪ ਆ ਕੋਈ? ਨਹੀਂ ਭਾਜੀ, ਤੁਹਾਡੇ ਤੋਂ ਵੱਡੀ ਤੋਪ ਹੁਣ ਮੈਂ? ਤੇਰੀ ਰੇੜੀ ਪਿੱਛੇ ਵੱਡੀਆਂ ਤਾਕਤਾਂ ਨੇ? ਨਹੀਂ ਭਾਜੀ, ਕੋਈ ਵੱਡੀਆਂ ਤਾਕਤਾਂ ਨਹੀਂ, ਬਸ ਆਹੀ ਮਾੜੀਆਂ ਮੋਟੀਆਂ ਨੇ, ਲਾਚੀ ਦੀਆਂ ਤਾਕਤਾਂ ਨੇ, ਅਦਰਕ ਦੀਆਂ ਤਾਕਤਾਂ ਨੇ। ਨਹੀਂ ਨਹੀਂ, ਦੇ ਭਾਜੀ ਬਣ ਗਏ, ਦੇ ਭਾਜੀ, ਨਹੀਂ ਦੇ ਭਾਜੀ ਬਣ ਗਏ, ਐਂ ਤਾਂ ਹੁਣ ਕਾਫੀ ਬਣ ਜੂ। ਰੇੜੀ ਚ ਸਾਡਾ ਹਿੱਸਾ ਹੈ, ਠੀਕ ਹੈ? ਹਰੇ ਕੱਪ ਦੇ ਇੱਕ ਰੁਪਏ ਅੱਧ ਸਾਡੇ ਕੋਲ ਪਹੁੰਚ ਜਾਣਾ ਚਾਹੀਦਾ। ਮੈਂ ਨਾ ਤੁਹਾਡੇ ਵਾਸਤੇ ਬਿਸਕੁਟ ਖੋਲਦਾ ਭਾਜੀ, ਮੈਂ ਤੁਹਾਨੂੰ ਬਿਸਕੁਟ ਖਵਾਵਾਂਗਾ। ਪਾਰਲੇ ਜੀ, ਪਾਰਲੇ ਜੀ, ਕਿਆ ਬਾਤ ਹੈ, ਦੇਖ ਲੈ ਜੇ ਬਿਸਕੁਟ ਸਲਾਬੇ ਹੋਏ ਨਿਕਲ ਗਏ ਨਾ। ਨਹੀਂ ਨਹੀਂ ਭਾਜੀ, ਤੇਰਾ ਅਸੀਂ ਕਿਹੜਾ ਜੀ ਬਣਾਵਾਂਗੇ ਉਹ ਸੋਚ ਲਈਏ। ਕਿਹੜਾ ਕੰਮ, ਕਿਆ ਬਾਤ ਹੈ, ਕਿਉਂ ਨਵੀਂ ਨਵੀਂ ਦੁਕਾਨ ਆ ਨਾ ਭਾਜੀ? ਬਿਲਕੁਲ। ਤੇ ਭਾਜੀ ਜਿੱਦਾਂ ਹੁਣ ਚਾਹ ਉਬਲ ਰਹੀ ਹੈ, ਤੁਸੀਂ ਭਾਜੀ ਕਿਹੜੀ ਗੱਲ ਤੇ ਉਬਾਲੇ ਮਾਰ ਜਾਂਦੇ ਹੋ? ਮਿੰਟ ਚ ਉਬਾਲਾ ਮਾਰਦੇ ਸੀ ਜੇ ਕੋਈ ਸਾਨੂੰ ਬਾਹਲਾ ਤੰਗ ਕਰੇ, ਜ਼ਿਆਦਾ ਐਵੇਂ ਬਿਨਾ ਮਤਲਬ ਦੀਆਂ ਗੱਲਾਂ ਕਰੀ ਜਾਵੇ, ਹੈ ਨਾ? ਅੱਛਾ, ਸਾਡਾ ਜਿਹੜਾ ਫੋਨ ਹੈ ਨਾ ਉਬਾਲੇ ਮਾਰਨੇ ਸ਼ੁਰੂ ਹੋਇਆ। ਅੱਛਾ ਅੱਛਾ, ਠੀਕ ਹੈ ਭਾਜੀ। ਅੱਛਾ, ਮੇਰਾ ਮੈਨੂੰ ਇਦਾਂ ਕੋਈ ਲੱਗ ਰਿਹਾ ਕਿ ਮੇਰਾ ਮੇਰੇ ਵੱਜ ਵੁੱਜ ਜਾਣੀ ਹੈ। ਤੈਨੂੰ ਸਹੀ ਲੱਗ ਰਿਹਾ? ਉਹ ਯਾਰ, ਉਹ ਕਿੰਨਾ ਸੋਹਣਾ ਬੰਦਾ ਚਾਹ ਬਣਾ ਰਿਹਾ, ਕਿੰਨਾ ਸੋਹਣਾ ਬੰਦਾ ਚਾਹ ਬਣਾ ਰਿਹਾ, ਸੱਚੀ ਕਿਆ ਬਾਤ ਹੈ। ਦੇਖੋ ਜੀ, ਚਾਹ ਬਣ ਗਈ ਹੈ। ਇਹ ਚਾਹ ਮੈਨੂੰ ਲੱਗਦਾ ਆਪਾਂ ਨੂੰ ਪਿਉਂਦਾ ਨੀ, ਇਹਨੇ ਸਾਰੀ ਭਾਅ ਬਣਾ ਕੇ ਉਡਾ ਦੇਣੀ ਹੈ। ਚਾਹ ਕਹਿੰਦੀ ਆ ਮੈਨੂੰ ਪੀ ਲੈ ਬਸ। ਖੜਦ ਲੈ, ਟੇਸਟ ਮੈਂ ਦੱਸਦਾ। ਅੱਛਾ, ਹਿੰਮਤ ਚਾਹੀਦੀ ਹੈ ਚਾਹ ਪੀਣ ਲਈ। ਚਾਹ ਤੇ ਚੁਸਕੀ ਦੀ ਪਹਿਲੀ ਚਾਹ ਪੀਣ ਲੱਗਿਆ ਜੀ ਅਸੀਂ, ਚੇਅਰਸ ਕਾਕਾ ਜੀ ਦੇ ਨਾਂ ਦੇ ਉੱਤੇ। ਤੇ ਟੇਸਟ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੰਦੇ ਦਾ ਮਟੀਰੀਅਲ ਕਿਵੇਂ ਦਾ, ਚਾਹ ਪੱਤੀ ਕਿਵੇਂ ਆ ਵੀ ਦੱਸ। ਪਹਿਲਾਂ ਤੁਸੀਂ ਪੀਓ ਨਾ, ਮੈਂ ਤਾਂ ਬਣਾਈ ਆ। ਨਹੀਂ ਸਹੀ ਬਣਦਾ, ਸ਼ਬਦ ਹੈ ਨਹੀਂ ਬੰਦੇ ਕੋਲ, ਬੰਦੇ ਕੋਲ ਸ਼ਬਦ ਖਤਮ ਹੋ ਗਏ। ਤੂੰ ਸ਼ਬਦ ਕੀ ਬਣਾ ਬੈਠਾ ਓਏ, ਵਾਹ ਉਹ ਕੀ ਬਣਾ ਛੱਡਿਆ ਓਏ, ਇੱਕ ਮਿੰਟ ਮੈਨੂੰ ਵੀ ਪੀ ਲੈਣ ਦੋ। ਤੁਹਾਡੇ ਕੋਲ ਸ਼ਬਦ ਹੈ ਨਹੀਂ, ਦੇਖ ਉਹ ਆ ਕੀ ਬਣਾਤਾ ਓਏ, ਬੰਦੇ ਕੋਲ ਸ਼ਬਦ ਹੈ ਨਹੀਂ ਓਏ, ਓਏ ਇੱਚ ਤਾਂ ਮਿੱਠੇ ਹੀ ਨਹੀਂ ਸਾਲਾ, ਕਿਉਂ ਝੂਠੀ ਜੀ ਤਾਰੀਫ ਕਰੀ ਜਾਣਾ ਚਾਹ ਤਾਂ ਦੇਖ ਕੀ ਕਰੀ ਜਾਂਦਾ ਤੂੰ, ਉਹ ਸੱਚੀ ਹੈ ਨਹੀਂ, ਉਹ ਅਸੀਂ ਮਿੱਠਾ ਪੀਂਦੇ ਹੀ ਨਹੀਂ। ਪਹਿਲਾ ਸਬਕ ਮੇਰੇ ਤੋਂ ਸਿੱਖ, ਚਾਹ ਦੀ ਰੇੜੀ ਤੂੰ ਬਣਾਈ ਹੈ ਨਾ, ਹਾਂਜੀ ਭਾਜੀ, ਕਰਕੇ ਚਾਹ ਤੂੰ ਆਪ ਬਣਾਇਆ ਗਾ, ਚੰਗਾ ਕਿਸੇ ਦੀਆਂ ਗੱਲਾਂ 'ਚ ਨਾ। ਪਹਿਲਾਂ ਤੇਰੀ ਇਹੀ ਸਬਕ ਹੈ ਤੇਰੇ ਲਈ, ਅੱਗੇ ਤੋਂ ਕੋਈ ਵੀ ਆਵੇ ਉਹਨੂੰ ਚਾਹ ਬਣਾ ਲਈ, ਏਦਾਂ ਕਹਿ ਦੋ ਕਿ ਇਹ ਤੈਨੂੰ ਮੈਂ ਬਣਾ ਕੇ ਦਿਖਾਈ ਕਿ ਏਦਾਂ ਕਿਸੇ ਤੋਂ ਨਹੀਂ ਬਣਾ। ਬਸ ਮੈਂ ਤੈਨੂੰ ਦੱਸਿਆ ਵੀ ਇਹੋ ਜਿਹੀ ਚਾਹ ਨਹੀਂ ਬਣਾਉਣੀ, ਚਾਹ ਛੱਡ ਦੇ, ਬਿਸਕੁਟ ਛੱਡ ਦੇ, ਚਾਹ ਡੋਲੇਗਾ। ਕੀ ਬਾਤ ਹੈ ਜੀ, ਮੈਂ ਮਟਰ ਖਾਊਂਗਾ ਨਾਲ। ਚਾਹ ਤੇ ਚੁਸਕੀ ਲੱਗਦੀ ਆ ਬਈ, ਚਾਹ ਤੇ ਚੁਸਕੀ, ਚਾਹ ਤੇ ਜਿਹੜੀ ਚਾਹ ਮੇਰੇ ਵੀਰ ਨੇ ਬਣਾਈ ਹੈ, ਹਾਂਜੀ ਹਾਂਜੀ, ਇਹਨੂੰ ਪੀਣ ਲਈ ਬੰਦੇ ਦਾ ਜਿਗਰਾ ਬਹੁਤ ਵੱਡਾ ਚਾਹੀਦਾ। ਅੱਛਾ ਜੀ, ਵੱਡੇ ਜਿਗਰੇ ਵਾਲਾ ਬੰਦਾ ਇਹਨੂੰ ਪੀ ਸਕਦਾ? ਛੋਟੇ ਜਿਗਰੇ ਵਾਲਾ ਤਾਂ ਮਜਾਲ ਹੀ ਨਹੀਂ। ਇਹ ਜੀ ਚਾਹ ਵਾਰ ਵਾਰ ਨਹੀਂ ਨਾ ਬਣਦੀ। ਕਿਆ ਬਾਤ ਹੈ, ਤੇਰੀ ਰੇੜੀ ਦੇ ਉੱਤੇ ਜਾ, ਅੱਜ ਸਾਡਾ ਆਸ਼ੀਰਵਾਦ ਹੈ ਕਿ ਸਾਰੀਆਂ ਸ਼ਖਸੀਅਤਾਂ, ਵੱਡੇ ਵੱਡੇ ਕਲਾਕਾਰ, ਵੱਡੇ ਵੱਡੇ ਆਰਟਿਸਟ ਆਉਣਗੇ। ਜਾ, ਮਾੜਾ ਬੰਦਾ ਤੇਰੀ ਰੇੜੀ ਦੇ ਖੜ ਕੇ ਚਾਹ ਹੀ ਨਹੀਂ ਪੀ ਸਕਦਾ। ਦੇਖੋ ਧਿਆਨ ਨਾਲ ਸੁਣੋ ਕੀ ਕਿਹਾ ਦੇਵ ਖਰੋੜ ਭਾਜੀ ਨੇ, ਤੇ ਬੱਲੇ ਬੱਲੇ ਹੋ ਗਈ ਹੈ, ਬੱਲੇ ਬੱਲੇ ਹੋ ਗਈ ਹੈ ਬਾਬਿਆਂ ਦੇ। ਕਿਆ ਬਾਤ ਹੈ ਭਾਜੀ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਭਾਜੀ, ਬਹੁਤ ਜ਼ਿਆਦਾ ਵਧੀਆ ਤੁਹਾਡੀ ਟਿਊਨਿੰਗ ਹੈ, ਤੇ ਮੈਂ ਦੁਆ ਕਰਦਾ ਕਿ ਤੁਹਾਡੀ ਜੋੜੀ ਭਾਜੀ ਕਦੀ ਬ੍ਰੇਕ ਨਾ ਆਵੇ। ਅੱਛਾ ਜੱਗੀ ਭਾਜੀ, ਮੈਨੂੰ ਇਹ ਦੱਸੋ ਭਾਜੀ ਦੇ ਜਿਹੜਾ ਨੂਰ ਹੈ ਨਾ ਮੂੰਹ ਦਾ, ਅਲੱਗ ਲੱਗ ਰਿਹਾ ਭਾਜੀ? ਦੇਖੋ ਧਿਆਨ ਨਾਲ, ਕਿਉਂ ਆ ਜਾ ਰੁਸ਼ੀਏ, ਇੱਥੇ ਬੜੀ ਗਾਡਰ ਚਾਹ ਮਿਲਦੀ ਹੈ। ਆਏ ਹਾਏ ਹਾਏ, ਆ ਜਾ ਆ ਜਾ, ਤੂੰ ਕਿਵੇਂ ਇੱਧਰ, ਤੁਸੀਂ ਤਾਂ ਬੈਠੋ ਇੱਧਰ, ਆ ਜਾ ਤੁਸੀਂ, ਆ ਜਾ ਆ ਜਾ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਕੋਈ ਨਾ ਬਾਈ, ਆ ਜਾਓ ਆ ਜਾਓ ਆ ਜਾਓ, ਗਾਡਰ ਚਾਹ ਪਈਏ ਤੁਹਾਨੂੰ, ਕੋਈ ਨਾ ਬਾਈ, ਆਓ ਤਾਂ ਸਹੀ, ਬੈਠ ਤਾਂ ਸਹੀ ਯਾਰ, ਕੋਈ ਗੱਲ ਨਹੀਂ ਬਾਈ, ਬਚਾ ਲਾ ਰੁਸ਼ੀਆ ਤੂੰ, ਹੈ ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ, ਆ ਜਾ।
ਭਾਜੀ ਕਿੱਧਰ ਭਾਜੀ? ਕਹਿੰਦੇ ਸਾਡੀ ਹੀਰੋ ਨੂੰ ਕਹਿੰਦੀ ਵੀ ਚਾਹ ਪੀ ਕੇ ਆਉਣੀ ਆ, ਫਿਰ ਹੀਰੋ ਕੀ ਲਾਉਣਾ? ਹੀਰੋ ਮਰ ਗਿਆ ਬਰਾਊਨੀ ਜਿਹਾ ਕੈਸੀ ਐਂਟਰੀ ਮਾਰੀ ਤੁਸੀਂ ਤਾਂ ਭਾਜੀ, ਚਾਹ ਤੇ ਚੁਸਕੀ ਤੇ ਐਕਸ਼ਨ ਸ਼ੁਰੂ ਕਰਾਤਾ ਜੇ। ਤੇਰੇ ਵਰਗੇ ਬੰਦਿਆਂ ਕਰਕੇ ਸਾਨੂੰ ਗਾਣੇ ਲਿਖਣੇ ਪੈਂਦੇ ਨੇ, ਧੋਖਾ ਦਾ ਦਸਤੂਰ ਹੋ ਗਿਆ ਨਾਰਾਂ ਦਾ। ਸੋਹਣੀਆਂ ਨਾਰਾਂ ਦਾ ਬਰਾਊਨੀ ਦਾ ਮੈਂ ਕੁਛ ਨਹੀਂ ਕਿਹਾ, ਉਹ ਝੂਠਾ ਹੈ। ਮੈਨੂੰ ਪਤਾ ਤੂੰ ਬਿਲਕੁਲ ਸਹੀ ਹੈ। ਕੋਈ ਗੱਲ ਨਹੀਂ ਚਲੋ, ਕੋਈ ਗੱਲ ਨਹੀਂ ਆਪਣਾ ਬੰਦਾ ਹੈ, ਚਾਹ ਹੀ ਪੀਣਾ ਹੈ, ਕੋਈ ਗੱਲ ਨਹੀਂ ਆਪਾਂ ਚਾਹ ਪਿਲਾ ਕੇ ਤੋੜ ਦਿਆਂਗੇ ਭਾਜੀ, ਕੋਈ ਗੱਲ ਨਹੀਂ। ਇੱਕ ਮਿੰਟ ਭਾਜੀ ਮੈਂ ਬਿਠਾਉਂਦਾ ਤੁਹਾਨੂੰ, ਇੱਕ ਮਿੰਟ ਬੈਠੋ ਭਾਜੀ। ਮਾਰਨਾ ਨਹੀਂ, ਕੁਛ ਨਹੀਂ ਕਹਿੰਦੇ ਭਾਜੀ, ਕੁਛ ਨਹੀਂ ਕਹਿਣਾ ਜੀ, ਕੁਛ ਨਹੀਂ ਕਹਿਣਗੇ। ਬੈਠੋ। ਤੂੰ ਕਿੱਧਰ ਭੂਰੇ ਜਿਹੇ ਨਾਲ ਤੁਰੀ ਫਿਰਦੀ ਹੈ? ਝੂਠ ਬੋਲਦਾ ਹੈ, ਮੈਨੂੰ ਉਹਨੇ ਕਿਹਾ ਕਿ ਤੁਹਾਡੇ ਕੋਲ ਲੈ ਕੇ ਆ ਰਿਹਾ, ਝੂਠਾ। ਇਹ ਤੈਨੂੰ ਅਸੀਂ ਅੱਗੇ ਟੱਕਰ ਗਏ ਅਜੇ ਬੰਦਿਆਂ ਦਾ ਨਾ, ਕਹਿੰਦੇ ਬਿੱਲੀਆਂ ਖਾਣੇ ਦਾ ਜਿਹੜਾ, ਇਹਦਾ ਤਾਂ ਜਮਾ ਹੀ ਭਰੋਸਾ ਨਹੀਂ ਕਰਨਾ, ਇਹਦਾ ਪੂਰੇ ਜੇ ਦਾ ਚਾਹ ਕੇ ਲੈ ਕੇ ਆਈ ਆ ਬਾਈ। ਝੂਠਾ ਬੰਦਾ ਬਰਾਊਨੀ ਮਾਰ ਯਾਰ ਭਾਈ, ਮਾਰੀ ਦੋ ਵੀ ਖਾ ਤੂੰ ਵੀ ਰੁੱਸੀ ਕੁੜੀ ਭਾਜੀ, ਠੰਡੀ ਰਹਿ ਤੂੰ, ਠੰਡੀ ਰਹਿ। ਇਹ ਕੀ ਹੋ ਰਿਹਾ ਤੁਹਾਡੇ ਨਾਲ? ਉਹ ਤੂੰ ਤਾਂ ਛੱਡ ਦੇ ਯਾਰ। ਚਲੋ ਭਾਜੀ ਛੱਡ ਦਿੰਦੇ ਆ। ਅਰੁਸ਼ੀ ਜੀ ਮੈਂ ਨਾ ਤੁਹਾਡੇ ਨਾਲ ਨਾਰਾਜ਼ ਆ। ਕਿਉਂ? ਪਹਿਲਾਂ ਤੁਸੀਂ ਹੱਥ ਚੁੰਮੇ 'ਚ ਐਵੇਂ ਭਾਜੀ ਨੂੰ ਧੋਖਾ ਦਿੱਤਾ, ਤੇ ਤੁਸੀਂ ਹੁਣ ਫਿਲਮ ਦੇ ਵਿੱਚ ਦੇਵ ਭਾਜੀ ਨੂੰ ਧੋਖਾ ਦਿੱਤਾ, ਇੰਨੇ ਧੋਖੇ ਕਿਉਂ? ਦੇਵ ਭਾਈ ਜਵਾਬ ਦੇ। ਅਸੀਂ ਤੇ ਗਾਣਾ ਬਣਾਤਾ, ਧੋਖਾ ਤਾਂ ਦਸਤੂਰ ਹੋ ਗਿਆ, ਸੋਹਣਿਆ ਨਾਰਾ ਦਾ। ਉਹ ਫਿਰ ਤੁਹਾਨੂੰ ਤਾਂ ਕਹਿ ਰਿਹਾ ਨਾ, ਪ੍ਰਾਊਡ ਨਹੀਂ ਕਰਦੀ ਗਾਣਾ ਤੇ ਬਣਾਤਾ, ਦਸਤੂਰ ਹੋ ਹੀ ਗਿਆ ਤੁਹਾਨੂੰ। ਗਾਣਾ ਤੇ ਤੁਸੀਂ ਦਿੱਤਾ ਧੋਖਾ ਤੇ ਉਹਨਾਂ ਨੇ ਗਾਣਾ ਬਣਾਇਆ, ਤੁਸੀਂ ਤਾਂ ਉਹਨਾਂ ਬਣਾਇਆ ਨਾ ਗਾਣਾ, ਪ੍ਰਾਊਡ ਫੀਲ ਕਰ ਰਹੀ ਲੱਗੀ। ਹੁਣ ਗੱਲ ਇਹਦਾ ਗੱਲ ਦਾ ਨਾ ਵੀ ਧੋਖਾ ਦਿੱਤਾ ਹੋਇਆ, ਹੋ ਗਿਆ ਜੇ ਦਸਤੂਰ ਹੋ ਹੀ ਗਿਆ ਤਾਂ ਫਿਰ ਮੈਂ ਦੇਤਾ। ਭਾਜੀ ਲੱਕੀ ਭਾਜੀ ਤੁਸੀਂ ਇੰਨੇ ਗੋਰੇ ਚਿੱਟੇ ਕਿੱਦਾਂ ਭਾਜੀ? ਮੈਨੂੰ ਸੱਚੀ ਲੱਗਦਾ ਭਾਜੀ ਨਾ ਬੋਤਲਾਂ ਬੋਤਲਾਂ ਡਾਲੇ ਡੂਲੇ ਖੋਲਦੇ ਰਹੇ ਆ ਬਹੁਤ, ਹਨਾ, ਸ਼ਾਮ ਨੂੰ 5-6 ਵਜੇ ਤੋਂ ਬਾਅਦ ਬੋਤਲ ਹੀ ਵੱਟਦਾ ਭਾਈ। ਕਿੱਥੋਂ ਆਇਆ ਕਰੈਕਟਰ? ਬਸ ਐਂ ਬੋਤਲ ਨਹੀਂ ਕਿਹਾ ਤੀ, ਮੇਰਾ ਵੀ ਬਰਤਲ ਹੈ ਆ ਭਾਈ ਸਾਹਿਬ, ਉਹ ਕਹਿੰਦੇ ਮੈਨੂੰ ਵੀ ਫੇਮਸ ਕਰ ਦੇ, ਮੈਨੂੰ ਵੀ ਬਰਤਲ ਹੈ। ਮੈਂ ਕੋਈ ਗੱਲ ਨਹੀਂ ਭਾਜੀ, ਜਿਵੇਂ ਆਪਣਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦਾ ਰਿਲੇਸ਼ਨਸ਼ਿਪ ਹੈ ਤੇ ਚਾਹ ਦਾ ਬਿਸਕੁਟ ਦਾ ਰਿਲੇਸ਼ਨਸ਼ਿਪ ਹੈ, ਤੇ ਜੇਕਰ ਤੁਸੀਂ ਚਾਹ ਹੋ ਤੇ ਤੁਹਾਡਾ ਬਿਸਕੁਟ ਕੌਣ ਹੈ? ਪੂਰੀ ਤਾਂ ਹੋ ਜਾਣ ਤੋਂ ਉਧਰ ਕਿਹਾ ਸੀ ਬਾਈ, ਮੈਂ ਤੇਰਾ ਬਿਸਕੁਟ ਨਾ ਮਾਰੀ 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 ਮੇਰਾ ਯਾਰ ਮਾਰੀ ਜਾ ਗਏ ਕੈਸਾ? ਨਹੀਂ ਬਾਜਰੀ ਬਾਜੀ, ਨਹੀਂ ਬਾਜਰੀ, ਨਹੀਂ ਬਾਜਰੀ, ਹੁਣ ਨਹੀਂ ਬਾਜਰੀ। ਤੇ ਬਾਜੀ ਤੁਹਾਡਾ ਕੌਣ ਹੈ ਬਿਸਕੁਟ? ਮੇਰਾ ਬਿਸਕੁਟ ਤਾਂ ਦੇਖੋ ਜੀ, ਅਸੀਂ ਸਾਰੇ ਨੇ ਕੁਛ ਨਹੀਂ ਕਿਹਾ, ਉਹਨਾਂ ਨੇ ਲੁੱਕ ਦਿੱਤੀ ਤੇ ਕਿਸੇ ਨੇ ਕੁਛ ਨਹੀਂ ਕਿਹਾ, ਸਾਰੀ ਅਸੀਂ ਇੱਕ ਦੂਜੇ ਦਾ ਬਿਸਕੁਟ ਆ। ਇਹ ਜੀ ਬੈਸਟ ਜਵਾਬ। ਤੇ ਅੱਜ ਫਿਲਮ ਰਿਲੀਜ਼ ਹੋ ਚੁੱਕੀ ਹੈ ਜੀ ਕਾਕਾ ਜੀ, ਤੇ ਭਾਜੀ ਹੁਣੀ ਦੱਸਣਗੇ ਕਾਕਾ ਜੀ ਬਾਰੇ, ਭਾਜੀ ਆਡੀਅੰਸ ਨੂੰ ਦੱਸ ਦਿਓ ਫਿਲਮ ਬਾਰੇ। ਅੱਜ ਬੜਾ ਭਾਗਾਂ ਵਾਲਾ ਦਿਨ ਹੈ ਜੀ, ਅੱਜ ਹੀ ਸਾਡੀ ਫਿਲਮ ਰਿਲੀਜ਼ ਹੋਈ ਹੈ ਤੇ ਅੱਜ ਹੀ ਪਾਰਾ ਸਿੰਘ ਦੀ ਚਾਹ ਦੀ ਰੇੜੀ ਲੱਗੀ ਹੈ ਚਾਹ ਤੇ ਚੁਸਕੀ, ਤੇ ਮੈਂ ਸਵੇਰੇ ਦੇਖ ਕੇ ਆਇਆ ਫਿਲਮ, ਐਂਡ ਕਰਾ ਰਹੀ ਹੈ ਸੱਚੀ, ਬਹੁਤ ਵਧੀਆ ਰਿਵਿਊ ਆ ਰਿਹਾ। ਅੱਛਾ ਦੇਵ ਭਾਜੀ, ਟੇਡਾ ਟੇਡਾ ਤੂੰ ਝਾਕਦੀ ਜਿਵੇਂ ਝਾਕੇ ਅਮਰੀਕਾ ਵੱਲ ਕੋਰੀਆ, ਹਨਾ, ਉਹ ਭਾਜੀ ਗਾਣੇ ਦੇ ਵਿੱਚ ਕੋਰੀਓਗ੍ਰਾਫਰ ਨੇ ਨਾ ਕਾਫੀ ਵੈਸੇ ਤੁਹਾਨੂੰ ਟੇਢਾ ਟੇਢਾ ਨਚਾਇਆ ਹੈ ਕਿ ਨਹੀਂ, ਤੁਹਾਨੂੰ ਲੱਗਿਆ ਨਹੀਂ ਵੈਸੇ? ਸਾਡੇ ਵਾਲਾ ਟੇਢਾ ਟੇਢਾ ਝਾਕਦੀ ਏਦਾਂ ਵਾ ਭਾਜੀ, ਜਮਾ ਸਿੱਖ ਲਾ, ਸਿੱਖ ਲਾ ਕੁਛ, ਹੁਣ ਨਾ ਪੁੱਛੀ ਜੇ ਦੁਬਾਰਾ ਫੱਪੜ ਮਾਰਿਆ ਦੇ। ਹੁਣ ਨਾ ਭਾਜੀ ਇੱਕ ਸਿਚੁਏਸ਼ਨ ਹੈ, ਠੀਕ ਹੈ, ਫਿਲਮ ਦੇ ਵਿੱਚ ਜਿਵੇਂ ਕਿ ਹੁਣ ਕਾਲੇ ਕੱਛਿਆਂ ਵਾਲਿਆਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਹੋਈ ਹੈ, ਠੀਕ ਹੈ, ਅਤੇ ਹੁਣ ਸਪੋਜ਼ ਮੈਂ ਹੈਗਾ ਭਾਜੀ ਕਾਲੇ ਕੱਛਿਆਂ ਵਾਲਾ, ਠੀਕ ਹੈ, ਨਾ ਬਣ ਦੇਖ ਲੈ ਸੋਚ ਕੇ ਕਈ ਜੋ ਕਹਿਣਾ। ਅੱਛਾ ਉਹਨੂੰ ਪੈਰੀ ਨੇ ਤੈਨੂੰ ਪੈਣੀ ਹੈ ਰਹਿਣ ਦੇ। ਨਹੀਂ ਨਹੀਂ ਆਪਾਂ ਖੇਡਦੇ ਹਾਂ, ਕੋਈ ਗੱਲ ਨਹੀਂ, ਨਹੀਂ ਮਾਰਦੇ ਭਾਜੀ, ਖੇਡ ਲੈਣਾ ਕਾਲੇ ਕੱਛਿਆਂ, ਕਾਲੇ ਕੱਛਿਆਂ ਵਾਲਾ ਖੇਡ ਲੈ, ਕਹਿੰਦੇ ਨਹੀਂ ਮਾਰਦੇ, ਲੇਖਾ ਹੀ ਹੈ, ਚਲੋ ਚਲੋ ਨਹੀਂ ਮਾਰਦੇ, ਚਲ ਕੋਈ ਨਾ ਚਲ। ਤੇ ਭਾਜੀ ਮੈਨੂੰ ਨਾ ਕੁੜੀ ਨਾਲ ਪਿਆਰ ਹੋ ਗਿਆ ਤੁਹਾਡੀ ਪਿੰਡ ਦੀ ਨਾ, ਠੀਕ ਹੈ, ਤੇ ਤੁਸੀਂ ਪੰਜ ਬਣ ਕੇ ਦਿਖਾਈ ਰਾਤ ਕਾਲੇ ਕੱਛੇ ਪਾ ਗਏ ਯਾਰ, ਸਾਦੇ ਕੱਪੜੇ ਜਾ ਜਾ ਤੂੰ ਹੱਥ ਪਕੜ। ਨਹੀਂ ਭਾਜੀ ਥੋੜਾ ਤਾਂ ਥੋੜਾ ਵੀ ਨਹੀਂ, ਕੁੜਤਾ ਕਾਲਾ ਹੈ, ਚਲੋ ਚਲ ਅੱਗੇ, ਹੈਨਾ, ਤੇ ਆਵਾਂ ਫੇ ਭਾਜੀ ਮਾਰਾ ਐਂਟਰੀ ਫੇ, ਆ ਜਾ ਠੀਕ ਹੈ। ਲਓ ਜੀ ਕਾਲੇ ਕੱਛਿਆਂ ਵਾਲਾ ਜੀ ਐਂਟਰ ਹੋਣ ਲੱਗਿਆ। ਸਤਿ ਸ਼੍ਰੀ ਅਕਾਲ ਜੀ, ਮਾਈ ਸੈਲਫ ਕਾਲੇ ਕੱਛਿਆਂ ਵਾਲਾ, ਮੈਂ ਵੀ ਲਾ ਲਾ ਬਾਈ ਕਾਲਾ ਕੱਚਾ ਦਿਖਾ ਕੇ, ਮੈਂ ਵੀ ਲਾ ਲਾ
ਚੱਲ ਚੱਲ ਆਪ ਹੀ ਦੱਸੀ ਜਾਂਦਾ ਯਾਰ ਨਹੀਂ ਭਾਜੀ ਨਹੀਂ ਦੇਖ ਲੈ ਭਾਜੀ ਹੈ ਹੀ ਨਹੀਂ ਮੈਂ ਉਹ ਯਾਰ ਹੈ ਹੀ ਨਹੀਂ ਬਿਲਕੁਲ ਨਹੀਂ ਹੈਗਾ ਭਾਜੀ ਮੈਂ ਅੱਛਾ ਭਾਜੀ ਮੈਂ ਨਾ ਜਗਜੀਤ ਸੰਧੂ ਭਾਜੀ ਨੂੰ ਨਾ ਸੋਸ਼ਲ ਮੀਡੀਆ ਤੇ ਦੇਖਿਆ ਸੀ ਨਾ ਭਾਜੀ ਅਰਬੀ ਬੋਲਦੇ ਬਹੁਤ ਵਧੀਆ ਸ਼ਬਾ ਖੈ ਸ਼ੁਕਰ ਤੇ ਤੇ ਭਾਜੀ ਮੈਂ ਸੁਣਨਾ ਚਾਹੁੰਦਾ ਮੈਂ ਤੁਹਾਡੇ ਕੋਲ ਵੀ ਕੀ ਸੁਣਨਾ ਚਾਹੁੰਦੇ ਚਾਹ ਮੰਗਣੀ ਆਏ ਭਾਜੀ ਤੁਸੀਂ ਮੇਰੇ ਤੋਂ ਅੱਛਾ ਚਾਹ ਮੰਗਣੀ ਅਰਬੀ ਹਾਂ ਚਾਹ ਮੰਗਣੀ ਆਏ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਮੋਹਦੇ ਜਿਸ ਤੇ ਜੂ ਪਿਆਲਾ ਚਾਹ ਇਸ ਦਾ ਉਸ ਤੋਂ ਪਹਿਲਾਂ ਤੁਲਸੀ ਕੀ ਪੀਤਾ ਫਿਰ ਇਸ ਤੋਂ ਬਾਅਦ ਜੁੱਤੀ ਵਾਲੇ ਕੰਮ ਕਰੀ ਜਾਂਦਾ ਤੂੰ ਮੈਂ ਵੀ ਬੋਲ ਲੈਣਾ ਅੱਛਾ ਜਾਪਾਨੀ ਬੋਲ ਲੈਣਾ ਅੱਛਾ ਭਾਜੀ ਆ ਜਾਓ ਕੀ ਬਾਤ ਹੈ ਬੋਲੋ ਹਾਂਜੀ ਹਾਂਜੀ ਬੋਲੋ ਜਾਪਾਨੀ ਪਾਰੇ ਦੀ ਰੇੜੀ ਤੇ ਹੁਣ ਬਹੁਤ ਉਚਲੀਆਂ ਉਚਲੀਆਂ ਗੱਲਾਂ ਹੋਣ ਲੱਗ ਗਈਆਂ ਜੀ ਤੇ ਅਰੁਸ਼ੀ ਜੀ ਮੈਨੂੰ ਹੁਣ ਬਾਹਰਲੀਆਂ ਗੱਲਾਂ ਤੋਂ ਯਾਦ ਆਇਆ ਕਿ ਤੁਸੀਂ ਵੀ ਜਿਵੇਂ ਗੋਰੇ ਚਿੱਟੇ ਹੋ ਦੁੱਧ ਵਾਂਗੂ ਹਨਾ ਤੇ ਹਾਂਜੀ ਤੇ ਗੋਰੇ ਤਾਂ ਆਪਣਾ ਦੇਸ਼ ਛੱਡ ਕੇ ਚਲ ਗਏ ਇਹ ਗੋਰੀਆਂ ਕਿਉਂ ਚਲ ਗਈਆਂ ਕਿਉਂ ਚਲ ਗਈਆਂ ਜੀ ਗੋਰੀਆਂ ਤਾਂ ਇਹ ਸਵਾਲ ਤਾਂ ਦੇਖੋ ਬਣਦਾ ਇਹ ਤਾਂ ਵੈਲਿਊਏਬਲ ਕੁਐਸਚਨ ਹੈਗਾ ਕੁਐਸਚਨ ਆਫ ਦਾ ਇਅਰ ਫੋਟੋ ਖਿੱਚ ਲਓ ਮੇਰੇ ਤੇ ਤੁਹਾਡੇ ਵਰਗੇ ਭਟੂਰੇ ਇੱਥੇ ਨੇ ਉਹ ਉੱਥੇ ਕਰਨਗੀ ਕੀ ਸਹੀ ਗੱਲ ਹੈ ਦੇਖੋ ਸਮਾਈਲ ਕਰ ਰਹੇ ਨੇ ਗੁੱਡ ਵਾਹ ਇਹੀ ਆਨਸਰ ਬਣਦਾ ਸੀ ਸਮਾਈਲ ਕਰ ਰਹੇ ਨੇ ਭਾਜੀ ਵਾਹ ਕੀ ਬਾਤ ਹੈ ਜੀ ਬਾਕੀ ਆ ਤੁਹਾਡੇ ਕਰਕੇ ਨਿਕਲ ਲਿਆ ਮੇਲਾ ਦੱਸੋ ਭਾਈ ਤੁਹਾਡੇ ਕਰਕੇ ਗੋਰੀਆਂ ਕਿਉਂ ਚਲ ਗਈਆਂ ਤੁਸੀਂ ਸਾਰੇ ਭਟੂਰੇ ਹੋ ਚਲੋ ਸਾਡਾ ਵੀ ਥੋੜਾ ਯੋਗ ਦਾ ਕਾਕਾ ਜੀ ਸੋਹਣੇ ਬਾਕੀ ਸਾਰੇ ਭਟੂਰੇ ਆਏ ਆਏ ਜਗਾ ਚਲੋ ਚਲੋ ਯਾਰ ਜੀ ਫਿਰ ਨਿਕਲੀਏ ਸਾਡਾ ਕੰਮ ਨਿਬੜ ਗਿਆ ਚਲੋ ਯਾਰ ਨਿਕਲੀਏ ਚਲੋ ਫਿਰ ਲੱਗੀ ਭਾਈ ਉਹ ਚਲੋ ਯਾਰ ਇੱਕ ਟੇਬਲ ਚੋਂ ਚਲੋ ਚਲੋ ਨਿਕਲਦੇ ਫਿਰ ਮੈਂ ਕਹਿੰਦਾ ਫਿਰ ਤੇ ਹੁਣ ਚਲੋ ਚਲੋ ਗੱਲ ਹੀ ਨਿਬੜ ਗਈ ਅਸਲ 'ਚ ਪਤਾ ਗੋਰੀਆਂ ਕਿਉਂ ਚਲ ਗਈਆਂ ਦੇਸ਼ ਛੱਡ ਕੇ ਰੀਜ਼ਨ ਆ ਗਿਆ ਰੀਜ਼ਨ ਕਿਉਂਕਿ ਉਸ ਟਾਈਮ 'ਚ ਅਸੀਂ ਨਹੀਂ ਸੀਗੇ ਵਾਓ ਵਾਹ ਜੇ ਭਾਜੀ ਆਪਾਂ ਉਸ ਟਾਈਮ 'ਚ ਹੁੰਦੇ ਫੇਸ ਟਾਈਮ 'ਚ ਨਹੀਂ ਹੁੰਦੇ ਫਿਰ ਕਾਕਾ ਜੀ ਨਹੀਂ ਸੀ ਹੋਣੀ ਫਿਰ ਕਾਕਾ ਜੀ ਨਹੀਂ ਸੀ ਹੋਣੀ ਗੋਰੀਆਂ ਚੱਲ ਗਈਆਂ ਹਾਂਜੀ ਹੁਣ ਅਸੀਂ ਗੋਰੀਆਂ ਦੇ ਪਿੱਛੇ ਪਿੱਛੇ ਇੰਗਲੈਂਡ ਜਾ ਰਹੇ ਹਾਂ ਕੋਈ ਕੈਨੇਡਾ ਜਾ ਰਿਹਾ ਕੋਈ ਆਸਟ੍ਰੇਲੀਆ ਜਾ ਰਿਹਾ ਸੋ ਅਸੀਂ ਵੀ ਪੰਜਾਬ 'ਚ ਨਹੀਂ ਰਹਿਣਾ ਇਹ ਤਾਂ ਗੱਲ ਹੈ ਅਪਲਾਈ ਤਾਂ ਮੈਂ ਵੀ ਕੀਤਾ ਭਾਜੀ ਕੀਤਾ ਨਾ ਤੇਰਾ ਨਹੀਂ ਲੱਗਦਾ ਵੀਜ਼ਾ ਮੈਂ ਭਾਜੀ ਭੂਟਾਨ ਦਾ ਕੀਤਾ ਬਣਦਾ ਹੀ ਹੋਈ ਸੀ ਬੰਦਾ ਕਿਉਂ ਕਹਿੰਦੇ ਤਿੱਬਤ ਦਾ ਕੀਤਾ ਨਹੀਂ ਤੂੰ ਨਹੀਂ ਸ਼ਕਲ ਤੇਰੀ ਮਿਲਦੀ ਉਹਨਾਂ ਨਾਲ ਥੋੜੀ ਥੋੜੀ ਸਹੀ ਗੱਲ ਦੇਖ ਲੈ ਕਈ ਵਾਰ ਐਂ ਹੁੰਦਾ ਹੁੰਦਾ ਪਛਤਾਨੀ ਕੁਛ ਨਿਕਲਿਆ ਹੁੰਦਾ ਹੁੰਦਾ ਉੱਧਰ ਪਛਤਾਨੀ ਵੱਲ ਤੁਸੀਂ ਭਾਜੀ ਇੱਧਰ ਕਿਉਂ ਵੇਖਿਆ ਮੈਨੂੰ ਇਹ ਨਹੀਂ ਸਮਝ ਆ ਇਹ ਤਾਂ ਕੈਮਿਸਟਰੀ ਆ ਗਿਆ ਆਈ ਕੰਟੈਕਟ ਹੁੰਦਾ ਆਈ ਕੰਟੈਕਟ ਕਰਕੇ ਕੈਮਿਸਟਰੀ ਬਹੁਤ ਜ਼ਬਰਦਸਤ ਆ ਕਿੰਨੀ ਸੋਹਣੀ ਗੱਲ ਮੂੰਹ ਉੱਧਰ ਨੂੰ ਹੋਈ ਸੀ ਟਾਈਮਿੰਗ ਦੇਖੋ ਸੋ ਇਹ ਕੈਮਿਸਟਰੀ ਜਿਹੜੀ ਸਾਡੀ ਹੁਣ ਆ ਭਰਾਵਾਂ ਦੀ ਆਪਸ 'ਚ ਅਸੀਂ ਬੈਠੇ ਆ ਸਾਰੇ ਜਣੇ ਜੀ ਇਹੀ ਇਸੇ ਕੈਮਿਸਟਰੀ ਕਰਕੇ ਅਸੀਂ ਸਾਰੇ ਇਕੱਠੇ ਲਗਾਤਾਰ ਕੰਮ ਕਰ ਰਹੇ ਹਾਂ ਕਿਉਂਕਿ ਇੱਕ ਮਾਹੌਲ ਫੈਮਿਲੀ ਦਾ ਮਾਹੌਲ ਬਣਿਆ ਹੋਇਆ ਹੈ ਨਾ ਸੱਚੀ ਭਾਜੀ ਉਵੇਂ ਡ੍ਰੀਮ ਰਿਐਲਿਟੀ ਮੂਵੀਜ਼ ਉਹੀ ਸਾਡੇ ਜਿੰਨੇ ਵੀ ਸੀ ਕਲਾਕਾਰ ਹੈ ਤਾਂ ਹੁਣ ਤਾਂ ਅਸੀਂ ਤਾਂ ਪੁੱਛਦੇ ਵੀ ਨਹੀਂ ਬਾਈ ਜੀ ਫਿਲਮ ਕਿਹੜੀ ਉਹ ਸਾਨੂੰ ਦੱਸ ਦੇਣੀ ਵੀ ਆਹ ਤਰੀਕ ਆ ਭਾਈ ਆ ਜਾਓ ਆ ਜਾਓ ਭਾਈ ਸ਼ੂਟਿੰਗ ਕਰਨਾ ਆ ਜਾਓ ਚਲੋ ਭਾਈ ਪਰੋਸਾ ਹੋ ਜਾਂਦਾ ਹੈ ਨਾ ਭਾਜੀ ਪਰੋਸਾ ਬਸ ਕੀ ਬਾਤ ਹੈ ਉਹਦਾ ਫਿਲਮ ਉਹਦਾ ਫਿਲਮ ਰੱਖ ਲੈਂਦੇ ਨੇ ਆਹ ਤਰੀਕ ਨੂੰ ਫਿਲਮ ਰੱਖ ਲਈ ਹਾਂ ਜਿਵੇਂ ਪਹੁੰਚ ਜਾਓ ਜੀ ਭਾਜੀ ਹੁਣੀ ਪਰੋਸਾ ਕਰਕੇ ਲਿਆ ਸੀਗੇ ਕਿ ਅੱਗੇ ਕੋਈ ਵੀ ਨਹੀਂ ਮਿਲੇਗਾ ਉਹ ਤਾਂ ਫਿਰ ਅਰੁਸ਼ੀ ਜੀ ਨੂੰ ਇਹ ਤਾਂ ਫਿਰ ਚਲੋ ਕਿਸਮਤ ਹੈ ਜੀ ਉਹ ਦੇਖੋ ਹਰ ਇੱਕ ਬੰਦੇ ਦੀ ਕਿਸਮਤ ਵਧੀਆ ਨਹੀਂ ਨਾ ਹੁੰਦੀ ਸੱਚੀ ਭਾਜੀ ਬਹੁਤ ਮਜ਼ਾ ਆਇਆ ਚਾਹ ਤੇ ਚੁਸਕੀ ਲਾ ਕੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਮੇਰੀ ਰੇਹੜੀ ਤੇ ਆਏ ਤੇ ਮੇਰਾ ਰੇਹੜੀ ਦਾ ਸਵਾਗਤ ਕੀਤਾ ਤੇ ਪਹਿਲੇ ਗਾਹਕ ਬਣੇ ਤੁਸੀਂ ਪਾਰੇ ਦੀ ਰੇਹੜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਅਗਲੇ ਹਫਤੇ ਅਗਲੇ ਕਲਾਕਾਰਾਂ ਦੇ ਨਾਲ ਮਿਲਦੇ ਹਾਂ ਜੀ ਸ਼ਾਨੇ ਪੰਜਾਬ ਪ੍ਰੈਜ਼ੈਂਟਸ ਚਾਹ ਤੇ ਚੁਸਕੀ ਪਾਵਰਡ ਬਾਏ ਪਾਰਲੇ ਜੀ ਬਾਏ ਬਾਏ Presented by Shaan-e Punjab. Dil ki baat. Shaan-e Punjab chai ke saath. Powered by Parle Ji. You are my Parle Ji.